ਸਿੱਖ ਸਿਧਾਂਤਾਂ ਦਾ ਘਾਣ ਕਰ ਰਹੀ ਫਿਲਮ ਦਾਸਤਾਂ ਨੇ ਮੇਰੀ ਪੀੜ੍ਹੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੇ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸ ਫਿਲਮ ਦਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ। ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਫਿਲਮ 'ਤੇ ਪਾਬੰਦੀ ਲਗਾਉਣ ਦੇ ਲਈ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਪਟਿਆਲਾ ਦੇ ਵਿੱਚ ਯੂਨਾਈਟਿਡ ਸਿੱਖ ਪਾਰਟੀ ਦੇ ਵੱਲੋਂ ਫਿਲਮ 'ਤੇ ਪਾਬੰਦੀ ਲਗਾਉਣ ਨੂੰ ਲੈ ਕੇ ਅਤੇ ਫਿਲਮ 'ਚ ਗੁਰੂਆਂ ਦੇ ਬਣਾਏ ਗਏ ਕਾਰਟੂਨਾਂ ਵਾਲੇ ਦ੍ਰਿਸ਼ ਦਾ ਵਿਰੋਧ ਕੀਤਾ ਗਿਆ ਅਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਉੱਧਰ ਦੂਸਰੇ ਪਾਸੇ ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਵੀ SDM ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ। ਜੇਕਰ ਇਹ ਫਿਲਮ ਚੱਲਦੀ ਹੈ ਤਾਂ ਕੋਈ ਵੀ ਟਕਰਾਵ ਹੋ ਸਕਦਾ ਅਤੇ ਇਸਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਦੱਸ ਦੇ ਕਿ ਇਸ ਫਿਲਮ ਨੂੰ ਲੈ ਕੇ ਹਰ ਪਾਸੇ ਇਸਦਾ ਵਿਰੋਧ ਹੋ ਰਿਹਾ ਅਤੇ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਅਤੇ ਇਸ ਫਿਲਮ ਨੂੰ ਨਾ ਚਲਾਉਣ ਦੀ ਮੰਗ ਕੀਤੀ ਗਈ ਹੈ। ਇਹ ਮੇਰੀ ਪੀਰੀ ਦਾਸਤਾਨ ਫਿਲਮ ਆ ਰਹੀ ਹੈ, ਇਹਦੇ ਵਿੱਚ ਗੁਰੂ ਸਾਹਿਬ ਨੂੰ ਕਾਰਟੂਨ ਦੇ ਰੂਪ ਵਿੱਚ ਦਿਖਾਇਆ ਗਿਆ, ਪਰ ਮੈਂ ਸਮਝਦਾ ਵੀ ਇਹਨਾਂ ਗੱਲਾਂ ਦਾ ਪ੍ਰਭਾਵ ਇਹ ਪੈ ਰਿਹਾ। ਤੁਸੀਂ ਇਹ ਦੇਖਿਆ ਜਿਵੇਂ ਗੁਜਰਾਤ ਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਦੀ ਮੂਰਤੀ ਸਥਾਪਿਤ ਕਰਕੇ ਵੀ ਉਹਨਾਂ ਨੇ ਇੱਕ ਮੰਦਰ ਬਣਾ ਦਿੱਤਾ, ਉਹ ਹੈ ਮੂਰਤੀ ਦਾ ਹੀ ਰੂਪ, ਉਹਨੂੰ ਬੜਾਵਾ ਦੇ ਰਹੇ ਨੇ ਹੌਲੀ ਹੌਲੀ, ਜੋ ਕਿ ਸਾਡੇ ਸਿੱਖ ਸਿਧਾਂਤ ਦੇ ਅਨੁਸਾਰ ਬਿਲਕੁਲ ਗਲਤ ਹੈ। ਗੌਰਮੈਂਟ ਤੋਂ ਮੰਗ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਸਿੱਖ ਸੰਗਤਾਂ ਸੜਕਾਂ 'ਤੇ ਉਤਰਨ, ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ ਇੱਥੇ ਤੁਰੰਤ ਪਾਬੰਦੀ ਲਾਈ ਜਾਵੇ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਉਹ ਸ਼ਾਂਤ ਬਣਿਆ ਰਹੇ। ਸਰਕਾਰ ਕੋਲੋਂ ਅਸੀਂ ਇਸ ਗੱਲ ਦੀ ਉਮੀਦ ਵੀ ਰੱਖਦੇ ਹਾਂ ਕਿ ਇੱਥੇ ਤੁਰੰਤ ਜਿਵੇਂ ਨਾਨਕ ਸ਼ਾਹ ਫਕੀਰ ਨੂੰ ਵੀ ਰੌਲਾ ਪੈਣ ਤੋਂ ਬਾਅਦ ਸਰਕਾਰ ਨੇ ਐਕਸ਼ਨ ਲਿਆ ਬੰਦ ਕਰਵਾਈ, ਅਤੇ ਮੈਂ ਹੁਣ ਅਪੀਲ ਕਰਦਾ ਕਿ ਉਸ ਤੋਂ ਪਹਿਲਾਂ ਹੀ ਕਿ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਹੋਵੇ ਇੱਥੇ ਪਾਬੰਦੀ ਲੱਗਣੀ ਚਾਹੀਦੀ ਹੈ, ਸਾਡੇ ਸਿੱਖ ਸਿਧਾਂਤਾਂ ਦੇ ਉਲਟ ਹੈ। ਇਕੱਲੀ ਫਿਲਮ 'ਤੇ ਪਾਬੰਦੀ ਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਫਿਲਮ ਬਣਾ ਰਿਹਾ ਉਹ 'ਤੇ ਵੀ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਤਾਂ ਜੋ ਅੱਗੇ ਤੋਂ ਫਿਲਮਾਂ ਨਾ ਬਣਾ। ਦੇਖੋ ਇਹ ਤਾਂ ਮੈਂ ਕਹਿੰਦਾ ਵੀ ਸਾਡੀ SGPC ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਲਾਇਕਪੁਣ ਹੈ ਕਿ ਇੱਥੇ ਕੋ ਬਿਲਕੁਲ ਸਥਿਰ ਰੂਪ ਦੇ ਵਿੱਚ ਐਸਾ ਕੋਈ ਕਾਨੂੰਨ ਨਹੀਂ ਬਣਾ ਸਕੇ ਚਾਹੀਦਾ, ਕਿਉਂਕਿ ਉਹਨਾਂ ਦੇ ਹੱਥ ਵੱਡੀ ਪਾਵਰ ਹੈ। SGPC ਨੂੰ ਚਾਹੀਦਾ ਕਿ ਇਹੋ ਜਿਹਾ ਕੋਈ ਕਾਨੂੰਨ ਬਣਵਾ ਦੇਣ ਕਿ ਗੁਰੂ ਸਾਹਿਬਾਂ ਦੇ ਜੀਵਨ ਪ੍ਰਤੀ ਕੋਈ ਵੀ ਕਾਰਟੂਨ ਮੂਵੀ ਕੋਈ ਵੀ ਫਿਲਮ ਕਿਸੇ ਤਰ੍ਹਾਂ ਵੀ ਨਹੀਂ ਬਣਨੀ ਚਾਹੀਦੀ। ਇੱਥੇ ਵੱਡੀਆਂ ਵੱਡੀਆਂ ਹੋਰ ਕਿੰਨੀਆਂ ਕੰਪਨੀਆਂ ਬੈਠੀਆਂ ਨੇ, ਮੈਂ ਤਾਂ ਕਹਿੰਦਾ ਵੀ ਗੁਰੂ ਸਾਹਿਬ ਦੇ ਜੀਵਨ 'ਤੇ ਕਾਰਟੂਨ ਫਿਲਮ ਬਣਦੀ ਵੀ ਇੱਕ ਮੂਰਤੀ ਰੂਪ ਹੈ, ਅਤੇ ਦਰਬਾਰ ਸਾਹਿਬ ਦੇ ਬਾਹਰ ਜਾਂ ਇਤਿਹਾਸਿਕ ਗੁਰਦੁਆਰਿਆਂ ਦੇ ਬਾਹਰ ਜਾਵੋ ਉੱਥੇ ਵੀ ਗੁਰੂ ਸਾਹਿਬ ਦੇ ਨਾਂ ਦੀਆਂ ਮੂਰਤੀਆਂ ਵਿਕ ਰਹੀਆਂ ਨੇ। SGPC ਸਾਡੇ ਨਿਕੰਮਾਪਨ ਹੈ ਜਿਹੜਾ ਸਾਰਾ ਕੁਝ ਹੋ ਰਿਹਾ, ਜੋ ਸਿੱਖ ਸਿਧਾਂਤਾਂ ਦਾ ਘਾਣ ਹੋ ਰਿਹਾ। ਜਿਹੜੀ ਸਿੱਖਿਆਵਾਂ ਨੇ ਮਤਲਬ ਗੁਰੂ ਸਾਹਿਬ ਦੀਆਂ ਉਹਨਾਂ ਨੂੰ ਦੱਸਿਆ ਜਾਵੇ, ਲੋਕਾਂ 'ਤੇ ਉਹ ਲਾਗੂ ਕੀਤਾ ਜਾਵੇ,